जलंधर शहर च उस वेले हफड़ा तफड़ी मच गई रात दे समय जद एक फैक्ट्री दे विच भयानक अग लगती है। अग इस कदर फैलती है कि मिंटा सकिंटा च सब कुछ तबाह हो जाता है तो लोगों नू जान दियां भाजड़ा तक पै जांदियां ने। तस्वीरां तुहानू दिखावांगे बीती रात दियां दसियां जा रहियां ने जिथे कि जलंधर दे विच एक स्पोर्ट्स फैक्ट्री गुडविल नामक स्पोर्ट्स फैक्ट्री च भयानक अग लगती है। कारण की सी इस अग लगन दे पिछे वड्डी घटना जी किवें वापरदी है इस दे विच गनीमत की रहिंदी है किन्ने लोग जख्मी हुंदे ने ते फायर ब्रिगेड कदों पहुंचदे ते कदों इस दे अग ते काबू पाया जांदा है ते इस पूरी जानकारी वास्ते साडे नाल साडे सहयोगी मौजूद ने सुखविंदर बग्गा जी ते गलबात करदे उहनां नाल ते जानकारी लैंदे आ। तां सुखविंदर जी इस मामले दे विच की जानकारी सामने आई है कि किन्ने लोग इस दे विच जख्मी होए ने या फिर किन्ने वड्डे नुकसान होए ने? ਇਹ ਦੱਸਿਆ ਜਾ ਰਿਹਾ ਕਿ ਜਿਹੜੀ ਗੁਡਵਿਨ ਨਾਂ ਦੀ ਸਪੋਰਟਸ ਫੈਕਟਰੀ ਆ ਜਿਹੜੀ ਚਲਵਾਗ ਨੇ ਉਹਦੇ ਵਿੱਚ ਦੇਰ ਰਾਤ ਅਚਾਨਕ ਉਸਨੂੰ ਅੱਗ ਲੱਗ ਜਾਂਦੀ ਆ ਜੀ। ਅੱਗ ਲੱਗਣ ਤੋਂ ਬਾਅਦ ਜਿਹੜੀ ਵੀ ਇਲਾਕੇ ਦੇ ਵਿੱਚ ਕੋਈ ਅਫਰਾ ਤਫਰੀ ਹੁੰਦੀ ਆ ਲੋਕਾਂ ਵੱਲੋਂ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ ਜਾਂਦੀ ਆ ਜੀ। ਫਾਇਰ ਬ੍ਰਿਗੇਡ ਦੀਆਂ ਮਤਲਬ ਦੋ ਗੱਡੀਆਂ ਪਹਿਲਾਂ ਮੌਕੇ ਤੇ ਪਹੁੰਚਦੀਆਂ ਜਿਹੜੀਆਂ ਕਿ ਅੱਗ ਲਾਉਣ ਦੇ ਵਿੱਚ ਨਹੀਂ ਸਫਲ ਹੁੰਦੀਆਂ ਤੇ ਉਸ ਤੋਂ ਬਾਅਦ ਜਿਹੜੇ ਕਿ 20 ਗੱਡੀਆਂ ਨੂੰ ਮੌਕੇ ਤੇ ਬੁਲਾਇਆ ਜਾਂਦਾ ਦੋ ਘੰਟੇ ਤੋਂ ਬਾਅਦ ਜਿਹੜਾ ਅੱਗ ਤੇ ਕਾਬੂ ਪਾਇਆ ਜਾਂਦਾ ਜੀ। ਤੇ ਇਸ ਮਾਮਲੇ ਦੇ ਵਿੱਚ ਕਿਸੇ ਕੋਈ ਲੋਕ ਜਿਹੜੇ ਜ਼ਖਮੀ ਹੋਏ ਹੋਣ ਜਾਂ ਫਿਰ ਕਾਰਨ ਕੀ ਸੀ ਇਸ ਅੱਗ ਲੱਗਣ ਦਾ ਫੈਕਟਰੀ 'ਚ? जिस समय अग लगती है फैक्ट्री दे विच कोई व्यक्ति मौजूद नहीं हुंदा तां गनीमत रहिंदी है जी। बिल्कुल। ते इस तो इलावा पुलिस प्रशासन मौके ते पुजदी है? ਬਿਲਕੁਲ, ਜਿਹੜਾ ਕਿ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਲੋਕਾਂ ਵੱਲੋਂ ਪੋਸਟਲ ਦੀ ਤਰ੍ਹਾਂ ਤੇ ਜਿਹੜੀ ਇਹ ਸੂਚਨਾ ਦਿੱਤੀ ਜਾਂਦੀ ਹੈ। ਪੁਲਿਸ ਵੀ ਮੌਕੇ ਤੇ ਪਹੁੰਚਦੀ ਹੈ ਤਾਂ ਕਿ ਜਿਹੜਾ ਕੋਈ ਲੋਕਾਂ ਵੱਲੋਂ ਕੋਈ ਅਣਗਹਿਲੀ ਨਾ ਕੀਤੀ ਜਾਵੇ, ਲੋਕਾਂ ਵੱਲੋਂ ਹਾਦਸੇ ਨੂੰ ਜਿਹੜਾ ਕਿ ਇਲਜ਼ਾਮ ਜਿਹੜਾ ਕਿ ਦੱਸਾਂਗੇ ਅੱਗ ਨੂੰ ਲੱਗੀ ਹੈ ਇਹਦੇ ਵਿੱਚ ਲੋਕਾਂ ਨਾਲ ਜਿਹੜੀ ਕਿ ਆਪਣਾ ਵੇ ਅੱਗ ਦੀ ਪੇੜ ਵਿੱਚ ਆਉਂਦਾ ਜੀ। ਜਿਵੇਂ ਕਿ ਤਸਵੀਰਾਂ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਅੱਗ ਜਿਹੜੀ ਹੈ ਮਿੰਟਾਂ ਸਕਿੰਟਾਂ ਦੇ ਵਿੱਚ ਫੈਲਦੀ ਹੋਈ ਨਜ਼ਰ ਆ ਰਹੀ ਹੈ, ਤਾਂ ਕਿੰਨੀ ਦੇਰ ਬਾਅਦ ਜਾ ਕੇ ਅੱਗ ਤੇ ਕਾਬੂ ਪਾਇਆ ਗਿਆ? ਅੱਗ ਜਿਹੜੀ ਹੈ ਕਿ ਅੱਗ ਦੱਸਦੇ ਫੈਕਟਰੀ ਹੋਣ ਕਾਰਨ ਜਿਹੜੀ ਅੱਗ ਮਿੰਟਾਂ ਸਕਿੰਟਾਂ ਦੇ ਵਿੱਚ ਜਿਹੜੀ ਹੈ ਕਿ ਫੈਲ ਜਾਂਦੀ ਹੈ ਜੀ। ਇਸ ਤੋਂ ਜਿਹੜਾ ਕਿ ਫਾਇਰ ਬ੍ਰਿਗੇਡ ਵੱਲੋਂ 2 ਘੰਟੇ ਆਵਾਜ਼ ਹੈ ਕਿ 2 ਘੰਟੇ ਦੇ ਵਿੱਚ ਜਿਹੜਾ ਕਿ 20 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲੱਗੀਆਂ ਜੀ। 2 ਘੰਟੇ ਤੋਂ ਬਾਅਦ ਜਿਹੜਾ ਅੱਗ ਉੱਤੇ ਕਾਬੂ ਪਾਇਆ ਗਿਆ। ਤੇ ਇਲਾਕੇ ਦੀ ਜੇਕਰ ਜਾਣਕਾਰੀ ਦਿਓ ਤੁਸੀਂ ਤਾਂ ਜਲੰਧਰ ਦੇ ਕਿਸ ਇਲਾਕੇ ਦੇ ਵਿੱਚ ਅੱਗ ਲੱਗਦੀ ਹੈ? ਤਾਂ ਰਿਹਾਇਸ਼ੀ ਇਲਾਕਾ ਸੀ, ਇਲਾਕਾ ਕਿਸ ਤਰੀਕੇ ਦਾ ਸੀ, ਲੋਕਾਂ ਦੇ ਘਰ ਆਸ-ਪਾਸ ਸੀ ਜਾਂ ਫਿਰ ਹੋਰ ਦੁਕਾਨਾਂ ਸੀ? ਬਿਲਕੁਲ, ਜਿਹੜਾ ਕਿ ਦਿਲਵਾਗ ਨਗਰ ਹੈ ਇਹਦੇ ਵਿੱਚ ਰਿਹਾਇਸ਼ੀ ਇਲਾਕਾ ਵੀ ਹੈ, ਫੈਕਟਰੀ ਵੀ ਹੈ, ਲੋਕਾਂ ਦੁਕਾਨ ਦਾ ਵੀ ਸਪੋਰਟ ਦੀ ਜਿਹੜੀ ਮੇਨ ਮਾਰਕੀਟ ਹੈ ਇਹਨੂੰ ਜਿਹੜਾ ਕਿ ਦਿਲਵਾਗ ਨਗਰ ਨੂੰ ਮੰਨਿਆ ਜਾਂਦਾ, ਇਹਦੇ ਵਿੱਚ ਸਾਰੀਆਂ ਸਪੋਰਟ ਦੀਆਂ ਫੈਕਟਰੀਆਂ ਤੇ ਕੈਮੀਕਲ ਦੀਆਂ ਫੈਕਟਰੀਆਂ ਵੀ ਹੋ ਸਕਦਾ ਹੈ ਕਿ ਕੋਈ ਵੱਡਾ ਹਾਦਸਾ ਹੋ ਸਕਦਾ। ਠੀਕ ਹੈ ਸਰ, ਲੇਕਿਨ ਇੱਥੇ ਗਨੀਮਤ ਰਹਿੰਦੀ ਹੈ ਕਿ ਟਾਈਮ ਤੇ ਫਾਇਰ ਬ੍ਰਿਗੇਡ ਮੌਕੇ ਤੇ ਪੁੱਜਦੇ ਨੇ ਤਾਂ ਉਹਨਾਂ ਦੇ ਵੱਲੋਂ ਅੱਗ ਤੇ ਕਾਬੂ ਪਾਇਆ ਜਾਂਦਾ ਹੈ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਇਸ ਤਰੀਕੇ ਦੇ ਨਾਲ ਅੱਗ ਤੇ ਕਾਬੂ ਪਾਇਆ ਜਾਂਦਾ ਹੈ, ਗਨੀਮਤ ਰਹੀ ਹੈ ਕਿ ਸਾਡੇ ਰਿਪੋਰਟਰ ਨੇ ਸਾਨੂੰ ਦੱਸਿਆ ਹੈ ਕਿ ਗਨੀਮਤ ਰਹੀ ਹੈ ਕਿ ਲੋਕਾਂ ਨੂੰ ਜਾਨੀ ਨੁਕਸਾਨ ਤੋਂ ਬਚਾ ਰਿਹਾ ਹੈ, ਲੇਕਿਨ ਉੱਥੇ ਹੀ ਕਾਫੀ ਲੱਖਾਂ ਦਾ ਨੁਕਸਾਨ ਜਿਹੜਾ ਹੈ ਦੇਖਣ ਨੂੰ ਮਿਲ ਰਿਹਾ ਹੈ। ਜਲੰਧਰ ਤੋਂ ਸੁਖਵਿੰਦਰ ਬੱਗਾ ਦੀ ਰਿਪੋਰਟ। ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾਹ NRI ਮੈਰਿਜ ਬਿਊਰੋ। NRI ਮੈਰਿਜ ਬਿਊਰੋ, ਫਾਈਂਡ ਯਰ ਪਰਫੈਕਟ ਹਿਊਮਨ।